ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜਿਆਨ ਹੁਣੇ-ਹੁਣੇ ਅਦਾਲਤ ਪੇਚੀ ਤੇ ਆਇ ਬਿਕਮ ਜੁੱਠਿਆ ਦਾ ਵੱਡਾ ਬਿਆਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਇਸ ਵੇਲੇ ਦੀ ਵੱਡੀ ਖਬਰ ਸਰਦਾਰ ਬ੍ਰਿਕਮ ਸਿੰਘ ਮਜੀਠੀਆ ਨਾਲ ਜੁੜੀ ਹੋਈ ਸਾਮਨੇ ਆਈ ਹੈ ਡਰੱਗ ਮਾਮਲੇ ਦੇ ਵਿੱਚ ਫਸੇ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਬ੍ਰਿਕਮ ਸਿੰਘ ਮਜੀਠੀਆ ਦੀ ਜੁੜੀ ਐਨਚਲ ਕਸਟਡੀ ਅੱਜ ਖਤਮ ਹੋ ਗਈ ਹੈ ਅਤੇ ਉਹ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਪਹੁੰਚੇ ਹਨ ਮਜੀਠੀਆ ਨੇ ਆਪਣੇ ਪੇਸ਼ੀ ਦੌਰਾਨ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਕਾਨੂੰਨ ਦੇ ਪੂਰਾ ਪ੍ਰੋਸੈਸ ਹੈ ਮਜੀਠੀਆ ਨੇ ਕਿਹਾ ਕਿ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰੇ ਕੰਮ ਕਰ ਰਹੇ ਹਾਂ ਤੇ ਅਖੀਰ ਜਿੱਤ ਸੱਚ ਦੀ ਹੋਵੇਗੀ ਜੀ ਕਰਿਓ ਗਿਆ ਕਿ ਡਰੱਗ ਮਾਮਲੇ ਦੇ ਵਿੱਚ ਫਸ ਸ਼੍ਰੋਮ ਨਿਗਲ ਦਲਦ ਸੀਨੀਅਰ ਆਗੂ ਦੇ ਵੱਲੋਂ 24 ਫਰਵਰੀ ਨੂੰ ਮਹਾਲੀ ਦੇ ਅਦਾਲਤ ਦੇ ਵਿੱਚ ਸਮਰਪਣ ਕਰ ਦਿੱਤਾ ਗਿਆ ਸੀ ਮਹਾਲੀ ਅਦਾਲਤ ਨੇ ਮਜੇਟੀਆਂ ਵੱਲੋਂ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਸੀ ਇਸ ਦੌਰਾਨ ਮਜੇਟੀਆਂ ਦੇ ਕੋਲੋ ਕੇਟ ਕ੍ਰਾਈਨਰ ਬ੍ਰਾਂਚ ਵੱਲੋਂ ਕਈ ਘੰਟੇ ਪੁੱਛਗਿਛ ਵੀ ਕੀਤੀ ਗਈ ਉਧਰ ਸਟੇਟ ਕ੍ਰਾਈਮ ਬ੍ਰਾਂਡ ਦੇ ਸੂਤਰਾਂ ਅਨੁਸਾਰ ਉਹਨਾਂ ਵੱਲੋਂ ਅੱਜ ਮੁਹਾਲੀ ਦੀ ਦਾਲਤ ਵਿੱਚ ਪੇਚੀਦਾਨ ਜੁੜੀ ਅੰਜਲੀ ਮਾਨ ਦੀ ਅਰਜੀ ਲਾਈ ਜਾਏਗੀ ਜਦ ਕਿ ਦੂਜੇ ਪਾਸੇ ਮਜੀਠੀਆ ਦੇ ਵਕੀਲ ਵੱਲੋਂ ਜਮਾਨਤ ਦੀ ਅਰਜੀ ਲਗਾਈ ਜਾਏਗੀ ਇਸ ਤੇ ਮੁਹਲਦਾਲਾ ਕੀ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਇਹਦਾ ਦੇਖਣਾ ਹੋਵੇਗਾ ਖਬਰਾਂ ਨਾਲ ਸਖ ਦੇਖਣ ਲਈ ਤੁਹਾਡਾ ਬਹੁਤ ਬਹੁਤ